ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦਿਲ ਰੰਧਾਵਾ ਅਤੇ ਅੱਜ ਅਸੀਂ ਆਏ ਹਾਂ ਸ਼ਾਹਬਾਦ ਅਤੇ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਆ। ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਮਸਤਗੜ੍ਹ ਸਾਹਿਬ। ਅਤੇ ਪਹਿਲਾਂ ਆਪਾਂ ਤੁਹਾਨੂੰ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਸੀਗੇ। ਅਤੇ ਜੇ ਜਿਹੜੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਆ ਉਹ ਹੈਗਾ ਰੋਡ 'ਤੇ, ਅਤੇ ਇਹ ਹੈਗਾ ਆ ਸ਼ਾਹਬਾਦ ਦੇ ਅੰਦਰ, ਠੀਕ ਹੈ ਜੀ, ਜਿਹੜੀ ਬਾਜ਼ਾਰ ਦੇ ਅੰਦਰ। ਅਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਸ ਗੁਰਦੁਆਰਾ ਸਾਹਿਬ ਤੋਂ ਨਾਲ ਹੀ ਜੁੜਿਆ ਹੈ, ਕਿਉਂਕਿ ਇਹ ਮਤਲਬ ਕਿ ਖਾਸ ਇਤਿਹਾਸ ਇਸ ਕਰਕੇ ਹੈ ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸਾਹਿਬ ਦੇ ਪਿੱਛੇ ਹੀ ਕਿਲ੍ਹਾ ਹੈਗਾ ਆ, ਜਿਸ ਕਿਲ੍ਹੇ ਦੇ ਉੱਤੇ ਬਾਬਾ ਜੀ ਨੇ ਕਬਜ਼ਾ ਕੀਤਾ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਆ ਕੇ ਜਿਹੜਾ ਕਬਜ਼ਾ ਕੀਤਾ ਸੀਗਾ ਕਿਲ੍ਹੇ ਦੇ ਉੱਤੇ, ਉਹ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਹੈ। ਆਪਾਂ ਤੁਹਾਨੂੰ ਕਿਲ੍ਹੇ ਦੇ ਵੀ ਦਰਸ਼ਨ ਕਰਾਵਾਂਗੇ ਅਤੇ ਹੋ ਸਕਿਆ ਅਤੇ ਹੋਰ ਵੀ ਇੱਕ ਇੱਥੇ ਗੁਰਦੁਆਰਾ ਸਾਹਿਬ, ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ। ਬਾਕੀ ਇਹ ਗੁਰਦੁਆਰਾ ਸਾਹਿਬ ਹੁਣ ਥੋੜ੍ਹਾ ਬਹੁਤਾ ਹੋਰ ਰੈਨੋਵੇਟ ਹੋ ਰਿਹਾ, ਤੁਸੀਂ ਦੇਖ ਸਕਦੇ ਹੋ ਨਵੀਆਂ ਬਿਲਡਿੰਗਾਂ ਮਾਰਨੀਆਂ ਗੁਰਦੁਆਰਾ ਸਾਹਿਬ ਦੀਆਂ, ਅਤੇ ਬਹੁਤ ਵਧੀਆ ਮਤਲਬ ਕਿ ਇੱਕ ਇਤਿਹਾਸ ਆਪਣਾ ਜਿਹੜਾ ਇੱਥੇ ਕਾਇਮ ਕੀਤਾ ਹੋਇਆ ਕਿ ਵਧੀਆ ਹੋਰ ਮਤਲਬ ਕਿ ਬਿਲਡਿੰਗਾਂ ਬਣ ਕੇ ਗੁਰਦੁਆਰਾ ਸਾਹਿਬ ਦੀ ਇੱਕ ਆਪਣਾ ਇਮਾਰਤ ਬਣ ਰਹੀ ਹੈ ਵਧੀਆ, ਠੀਕ ਹੈ ਜੀ। ਅਤੇ ਬਾਕੀ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਨੂੰ ਕਰ ਦਿਓ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ। ਅਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਉਹੀ ਹੈ, ਜਦੋਂ ਬਾਬਾ ਜੀ ਸਮਾਣਾ ਤੋਂ ਜਿੱਤ ਹਾਸਲ ਕਰਕੇ ਵਾਪਸ ਇੱਧਰ ਨੂੰ ਆ ਰਹੇ ਸੀਗੇ ਅਤੇ ਮੁਗਲਾਂ ਨੂੰ ਪਤਾ ਲੱਗਿਆ ਕਿ ਵੀ ਹਾਂ ਵੀ ਬਾਬਾ ਜੀ ਸ਼ਾਹਬਾਦ ਵਾਲੀ ਸਾਈਡ ਆ ਰਹੇ, ਅਤੇ ਜਿਹੜੇ ਇੱਥੇ ਮੁਗਲ ਸੀਗੇ, ਮੁਗਲਾਂ ਦਾ ਇੱਥੇ ਬਹੁਤ ਵੱਡਾ ਗੜ੍ਹ ਸੀਗਾ ਸ਼ਾਹਬਾਦ ਦੇ ਵਿੱਚ। ਅਤੇ ਜਿਹੜੀ ਸ਼ਾਹਬਾਦ ਦੀ ਬਣਿਆ ਸੀਗਾ, ਇਹ ਬਣਿਆ ਸੀਗਾ 1197 ਈਸਵੀ ਵਿੱਚ, ਜੋ ਕਿ ਉਸ ਟਾਈਮ ਦੇ ਵਿੱਚ ਹਮਾਯੂ ਬਾਬਰ ਦਾ ਦਬਦਬਾ ਸੀਗਾ, ਉਹਨਾਂ ਨੇ ਇੱਥੇ ਆ ਕੇ ਇਹਨਾਂ ਦੀ ਇਹਦੀ ਸਥਾਪਨਾ ਕੀਤੀ ਸੀਗੀ ਸ਼ਾਹਬਾਦ ਦੀ। ਇੱਕ ਮੁਗਲ ਨਾਮ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਸ਼ਾਹਬਾਦ, ਜੋ ਕਿ ਇੱਕ ਮੁਹੰਮਦ ਗੋਰੀ ਸੀਗਾ 1197 ਈਸਵੀ ਦੇ ਵਿੱਚ, ਮੈਨੂੰ ਹੁਣ ਦਿਮਾਗ 'ਚ ਆਇਆ, ਜਿਹਨੇ ਆ ਕੇ ਇਸ ਸ਼ਾਹਬਾਦ ਦੀ ਮੁਹੰਮਦ ਗੋਰੀ ਨੇ ਸਥਾਪਨਾ ਕੀਤੀ ਸੀਗੀ। ਅਤੇ ਬਾਕੀ ਜਿਹੜਾ ਇਤਿਹਾਸ ਹੈਗਾ ਆ, ਇਹ ਇਤਿਹਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆ ਆਪਣੇ ਲਈ। ਅਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ, ਇਸ ਥਾਂ 'ਤੇ ਹੀ ਆਪਣਾ ਗੁਰੂ ਸਾਹਿਬ ਜੀ ਨੇ ਕਿਲ੍ਹੇ 'ਤੇ ਆ ਕੇ ਕਬਜ਼ਾ ਕੀਤਾ ਸੀਗਾ, ਲੜਾਈ ਲੜੀ ਸੀਗੀ। ਲੜਾਈ ਤਾਂ ਕੀ ਲੜਨੀ ਸੀ, ਮੁਗਲਾਂ ਨੇ ਆਪਣੇ ਹਥਿਆਰ ਗੁਰੂ ਸਾਹਿਬ ਜੀ ਦੇ ਬਾਬਾ ਜੀ ਦੇ ਚਰਨਾਂ ਵਿੱਚ ਸੁੱਟਤੇ ਅਤੇ ਆਪਣੇ ਹੱਥ ਖੜ੍ਹੇ ਕਰਤੇ ਵੀ ਆਪਾਂ ਤੁਹਾਡੇ ਨਾਲ ਨਹੀਂ ਲੜ ਸਕਦੇ, ਅਤੇ ਮੁਗਲ ਹੱਥੋਂ ਛੱਡ ਕੇ ਦਿੱਲੀ ਵਾਲੀ ਸਾਈਡ ਕੂਚ ਕਰ ਗਏ ਸੀਗੇ। ਫਿਰ ਇੱਥੇ ਹੀ ਆਪਣਾ ਬਾਬਾ ਜੀ ਨੇ ਜਿਹੜਾ ਹਥਿਆਰਾਂ ਦਾ ਆਪਣੇ ਜਿਹੜੇ ਜਰਖੜਾ ਬਣਾ ਕੇ, ਅਤੇ ਫਿਰ ਕੀ ਹੈ ਸਰਹੰਦ ਦੇ ਤਰਫ ਨੂੰ ਕੂਚ ਕੀਤਾ, ਅਤੇ ਉੱਥੇ ਜਾ ਕੇ ਸਰਹੰਦ ਨੂੰ ਕਬਜ਼ਾ ਕਰਕੇ ਫਿਰ ਲੋਹਗੜ੍ਹ ਵਾਲੀ ਸਾਈਡ ਤੁਰ ਪਏ ਸੀਗੇ, ਅਤੇ ਲੋਹਗੜ੍ਹ ਨੂੰ ਆਪਣਾ ਕਬਜ਼ੇ ਵਿੱਚ ਲੈ ਕੇ ਰਾਜਧਾਨੀ ਘੋਸ਼ਿਤ ਕਰ ਦਿੱਤਾ ਸੀਗਾ। ਅਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਤੁਹਾਨੂੰ ਕਰਾਉਂਦੇ ਹਾਂ ਦਰਸ਼ਨ। ਅਤੇ ਇੱਧਰ ਵਾਲੀ ਸਾਈਡ ਜਿਹੜੀ ਗੁਰਦੁਆਰਾ ਸਾਹਿਬ ਦੀ ਹੈ ਇਮਾਰਤ, ਇਹ ਹੈਗੀ ਹੈ ਪੁਰਾਣੀ ਇਮਾਰਤ, ਅਤੇ ਇੱਧਰ ਵੀ ਪੁਰਾਣੀ ਇਮਾਰਤ ਹੈਗੀ ਹੈ, ਅਤੇ ਇੱਧਰ ਬਣ ਰਹੀ ਹੈ ਨਵੀਂ ਇਮਾਰਤ, ਠੀਕ ਹੈ ਜੀ। ਹੁਣ ਚੱਲਦੇ ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ।
ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਤੇ ਆ, ਠੀਕ ਹੈ ਜੀ। ਇਹ ਹੈਗੀ ਗੁਰਦੁਆਰਾ ਸਾਹਿਬ ਦੀ ਪੂਰੀ ਬਿਲਡਿੰਗ, ਇੱਕ ਗੁਰਦੁਆਰਾ ਸਾਹਿਬ ਉੱਧਰ ਹੈਗਾ ਜੀ, ਉੱਧਰ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਅਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈਗੀ ਹੈ, ਠੀਕ ਹੈ ਜੀ। ਅਤੇ ਇੱਧਰ ਵਾਲੀ ਸਾਈਡ ਵੀ ਗੁਰਦੁਆਰਾ ਸਾਹਿਬ ਹੈਗਾ ਆ, ਪਰ ਇਹਦੀ ਅੰਦਰੋਂ ਵੀ ਮੁਰੰਮਤ ਹੋ ਰਹੀ ਹੈ। ਅਤੇ ਇੱਧਰ ਵਾਲੀ ਸਾਈਡ ਤੋਂ ਆਪਾਂ ਗਏ ਸੀਗੇ ਅਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਦਰਵਾਜ਼ਾ ਇਹਨਾਂ ਨੇ ਬੰਦ ਕੀਤਾ ਹੋਇਆ ਅੰਦਰੋਂ, ਅਤੇ ਅੰਦਰ ਕੋਈ ਨਾ ਕੋਈ ਸ਼ਾਇਦ ਕੰਮ ਚੱਲ ਰਿਹਾ ਆ, ਠੀਕ ਹੈ ਜੀ। ਅਤੇ ਇੱਧਰ ਵਾਲੀ ਸਾਈਡ ਕੀ ਹੈ, ਗੁਰਦੁਆਰਾ ਸਾਹਿਬ ਦੀ ਨਵੀਂ ਜਿਹੜਾ ਕੋਈ ਇਮਾਰਤ ਬਣ ਰਹੀ ਹੈ, ਰਿਹਾਇਸ਼ ਬਣ ਰਹੀ ਹੈ, ਕੁਛ ਐਸਾ ਗੇਟ ਬਣ ਰਿਹਾ ਸ਼ਾਇਦ ਮੇਰੇ ਹਿਸਾਬ ਨਾਲ, ਠੀਕ ਹੈ ਜੀ। ਅਤੇ ਪੂਰਾ ਗੁਰਦੁਆਰਾ ਤੋੜ ਫੋੜ ਕਰਕੇ ਦੁਬਾਰਾ ਤੋਂ ਬਣਾਇਆ ਰਿਹਾ, ਇਹ ਸ਼ਾਇਦ ਗੇਟ ਹੈ, ਇਹ ਗੇਟ ਬਣ ਰਿਹਾ। ਅਤੇ ਮੇਨ ਗੁਰਦੁਆਰਾ ਸਾਹਿਬ ਦਾ ਗੇਟ ਦਰਬਾਰ ਇਹ ਹੋਏਗਾ ਮੇਰੇ ਹਿਸਾਬ ਨਾਲ, ਠੀਕ ਹੈ ਜੀ। ਅਤੇ ਬਾਕੀ ਆਪਾਂ ਤੁਹਾਨੂੰ ਕਿਲ੍ਹੇ ਦੇ ਵੀ ਦਰਸ਼ਨ ਕਰਾਵਾਂਗੇ, ਠੀਕ ਹੈ ਜੀ। ਅਤੇ ਇੱਧਰ ਇਹ ਨਿਸ਼ਾਨ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦਾ, ਠੀਕ ਹੈ ਜੀ। ਅਤੇ ਚੱਲਦੇ ਹਾਂ ਆਪਾਂ ਹੁਣ ਕਿਲ੍ਹੇ ਵਾਲੀ ਸਾਈਡ। ਅਤੇ ਇਹ ਹਾਲੇ ਕੁਛ ਟਾਈਮ ਬਾਅਦ ਤਿਆਰ ਹੋ ਜਾਏਗਾ, ਜਦੋਂ ਗੁਰਦੁਆਰਾ ਸਾਹਿਬ ਪੂਰਾ ਤਿਆਰ ਹੋ ਜਾਏਗਾ ਆਪਾਂ ਫਿਰ ਆਵਾਂਗੇ ਅਤੇ ਤੁਹਾਨੂੰ ਦਰਸ਼ਨ ਕਰਾਵਾਂਗੇ। ਮੇਰੇ ਵੀਰੋ, ਹੁਣ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਤੇ ਆ। ਅਤੇ ਬਾਕੀ ਇਹ ਗੁਰਦੁਆਰਾ ਸਾਹਿਬ ਬਹੁਤ ਵੱਡਾ ਇਤਿਹਾਸ ਆਪਣਾ, ਠੀਕ ਹੈ ਜੀ। ਅਤੇ ਗੁਰਦੁਆਰਾ ਸਾਹਿਬ ਇੱਕ ਹੋਰ ਵੀ ਹੈ, ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ। ਅਤੇ ਹੁਣ ਆਪਾਂ ਕਿਲ੍ਹੇ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ, ਅਤੇ ਉਹ ਆਪਾਂ ਜਿਹੜੇ ਦਰਸ਼ਨ ਤੁਹਾਨੂੰ ਅਗਲੇ ਵਲੋਗ 'ਚ ਕਰਾਵਾਂਗੇ, ਠੀਕ ਹੈ ਜੀ। ਅਤੇ ਆਪਣੇ ਚੈਨਲ ਨੂੰ ਕਰ ਦਿਓ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ, ਠੀਕ ਹੈ ਜੀ। ਅਤੇ ਬਾਕੀ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ। ਅਤੇ ਹੁਣ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਆਪਣੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਅਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰਿਆ ਕਰੋ, ਕਿਉਂਕਿ ਆਪਾਂ ਉਹਨਾਂ ਥਾਵਾਂ ਨੂੰ ਲੱਭੀਦਾ ਜਿਹਦੇ ਥਾਵਾਂ ਦੇ ਉੱਤੇ ਲੋਕ ਬਹੁਤ ਹੀ ਘੱਟ ਜਾਂਦੇ ਆ, ਠੀਕ ਹੈ ਜੀ। ਅਤੇ ਉਹ ਬਹੁਤ ਹੀ ਜ਼ਿਆਦਾ ਖਾਸ ਇਤਿਹਾਸ ਹੁੰਦਾ ਅਤੇ ਆਪਾਂ ਉਸ ਚੀਜ਼ ਨੂੰ ਭੁੱਲ ਚੁੱਕੇ ਹੁੰਦੇ ਹਾਂ, ਠੀਕ ਹੈ ਜੀ। ਅਤੇ ਆਪਾਂ ਨੂੰ ਖੁਦ ਨਹੀਂ ਪਤਾ ਸੀਗਾ ਸ਼ਾਹਬਾਦ ਮੇਰੇ ਲਾਗੇ ਪੈਂਦਾ ਆ, ਪਰ ਮੈਨੂੰ ਹੀ ਨਹੀਂ ਪਤਾ ਸੀਗਾ ਅਤੇ ਮੈਂ ਤੁਹਾਨੂੰ ਕੀ ਦੱਸਦਾ। ਅਤੇ ਮੈਨੂੰ ਵੀ ਲੋਹਗੜ੍ਹ ਸਾਹਿਬ ਗਿਆ ਸੀਗਾ, ਮੈਂ ਡੇਲੀ ਇਸ ਰਸਤੇ ਤੋਂ ਨਿਕਲਦਾ ਸੀਗਾ, ਪਰ ਮੈਨੂੰ ਨਹੀਂ ਚੀਜ਼ ਦਾ ਬਾਰੇ ਪਤਾ ਸੀਗਾ। ਮੈਂ ਖੁਦ ਇਸ ਗੱਲ ਨੂੰ ਮਤਲਬ ਕਿ ਇੱਕ ਬਹੁਤ ਜ਼ਿਆਦਾ ਮੇਰੇ ਲਈ ਵਧੀਆ ਕਿ ਮੈਂ ਇਸ ਥਾਂ 'ਤੇ ਆਇਆ। ਅਤੇ ਬਾਕੀ ਆਪਣੇ ਚੈਨਲ ਨੂੰ ਕਰ ਦਿਓ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ। ਮਿਲਦੇ ਹਾਂ ਹੋਰ ਵਲੋਗ 'ਚ, ਹੁਣ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਗੁਰਦੁਆਰਾ ਸਾਹਿਬ ਦਾ ਬਾਹਰ ਦਾ ਵਿਊ ਅਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਅਤੇ ਇੱਧਰ ਇਮਾਰਤ ਇੱਧਰ ਵਾਲੀ ਸਾਈਡ ਹੈ, ਅਤੇ ਇੱਧਰ ਹੈਗੀ ਪਾਰਕਿੰਗ।